ਜ਼ਮੀਨ ਨੂੰ ਲੈ ਕੇ ਰਿਸ਼ਤੇਦਾਰ ਤਾਂ ਰਿਸ਼ਤੇਦਾਰ, ਭਰਾ ਭਰਾ ਦਾ ਵੀ ਦੁਸ਼ਮਣ ਬਣਿਆ ਪਿਆ, ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਤਰਨ ਤਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦੋ ਵਿਖੇ, ਜਿਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਬਣੀਆਂ ਹੋਈਆਂ ਸਨ, ਜਿਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਕਾਫੀ ਗਹਿਮਾ ਗਹਿਮੀ ਚੱਲ ਰਹੀ ਸੀ। ਫਿਲਹਾਲ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਨੋਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਦੋਨੋਂ ਧਿਰਾਂ ਨੂੰ ਆਪੋ ਆਪਣੇ ਕਾਗਜ਼ ਥਾਣੇ ਲਿਆਉਣ ਲਈ ਕਿਹਾ। ਇਸ ਮੌਕੇ ਤੇ ਇੱਕ ਧਿਰ ਦੇ ਵੱਲੋਂ ਮਹਿਲ ਸਿੰਘ ਆਪਣੇ ਕਾਗਜ਼ ਲੈ ਕੇ ਥਾਣੇ ਪਹੁੰਚਿਆ ਤੇ ਜੋ ਰਜਿਸਟਰੀ ਹੈ ਉਹ ਮਹਿਲ ਸਿੰਘ ਦੇ ਨਾਮ ਬੋਲ ਰਹੀ ਹੈ। ਬਾਕੀ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਮਾਲਕ ਹੋਵੇਗਾ ਉਸ ਦੇ ਹਿਸਾਬ ਦੇ ਨਾਲ ਕੰਮ ਕੀਤਾ ਜਾਵੇਗਾ। ਨਿਸ਼ਾਨਦਾਰੀ ਕੋਰਟ ਚੋਂ ਜ਼ਮੀਨ ਨੇ ਦਿੱਤੀ ਆ, ਉਹ ਅਸੀਂ ਦੁਬਾਰਾ ਕੀਤੇ ਕੇਸ ਕਰ ਦਈਏ? ਆਪਦੀ ਜ਼ਮੀਨ ਅਸੀਂ ਮਾਲਕੀ ਵਾਹੁਣ ਡੇ, ਸਾਨੂੰ ਜ਼ਮੀਨ ਦੇ ਕੇ ਗਏ ਆ, ਤਹਿਸੀਲਦਾਰ ਪਟਵਾਰੀ ਆ ਕੇ ਵਾਹ ਕੇ ਗਏ ਆ, ਤੇ ਇਹਨੂੰ ਅਸੀਂ ਦੁਬਾਰਾ ਕੋਰਟ ਚ ਕੇਸ ਕੀਤੇ ਕਰੀਏ? ਇਹਦੇ ਜ਼ਬਰਦਸਤੀ ਪੁਲਿਸ ਨੇ ਕਰਾ ਕੇ ਪੁਲਿਸ ਤੇ ਕਾਰਵਾਈ ਹੋਣੀ ਚਾਹੀਦੀ। ਪਹੁੰਚਾਂਗੇ ਜੀ, ਡੀ ਐਸ ਪੀ ਦੇ ਪਹੁੰਚਾਂਗੇ, ਐਸ ਐਸ ਪੀ ਦੇ ਪਹੁੰਚਾਂਗੇ, ਡੀ ਸੀ ਦੇ ਡੀ ਸੀ ਸਾਹਿਬ ਦੇ ਪਹੁੰਚਾਂਗੇ ਜੀ, ਜੇ ਨਾ ਸਾਡੀ ਕਿਸੇ ਨੇ ਕਾਰਵਾਈ ਕੀਤੀ। ਦੇ ਮਹਿਲ ਸਿੰਘ ਜੀ, ਮੈਂ ਇਹ ਉਹ ਮੇਰੇ ਉੱਤਰਾ ਚਾਚੇ ਆ, ਇਹ ਪੈਲੀ ਮੇਰੀ ਹੈ, ਮੈਂ ਆਪਦੀ ਸੂਝਬਾਨੀ ਨਾਲ ਗੁਰਦੁਆਰੇ ਨੂੰ ਰਜਿਸਟਰੀ ਕਰਤੀ ਹੈ ਤੇ ਇਹ ਉਹਨਾਂ ਦਾ ਕੋਈ ਇਲਾਕਾ ਦੇਖਾ ਨਹੀਂ ਵਿੱਚ ਇਸ ਪੈਲੀ ਤੇ। ਕਿੰਨੇ ਮਰਲੇ ਜਗ੍ਹਾ ਰਜਿਸਟਰੀ ਦੀ ਸੀ? 9 ਮਰਲੇ ਤੋਂ ਕੁਛ ਥੋੜੀ ਜਿਹੀ ਉੱਤੇ ਆ, 2 ਸਰਸਾਈਆਂ ਤੇ ਉਹ ਜਾਇਦਾਦ ਮੇਰੀ ਆ, ਮੈਂ ਗੁਰਦੁਆਰੇ ਨਾਲ ਰਜਿਸਟਰੀ ਕਰਤੀ ਹੈ। ਉਹਨਾਂ ਦਾ ਇਲਾਕਾ ਦੇਖਾ ਕੋਈ ਨਹੀਂ ਇਸ ਪੈਲੀ ਦੇ ਵਿੱਚ। ਉਹ ਕਬਜ਼ਾ ਕਰਦੇ ਵਿੱਚ ਪਾਣੀ ਛੱਡ ਦਿੰਦੇ ਆ ਵੀ ਬਾਲਣ ਗੱਲ ਜੇ ਬਾਬੇ ਦਾ ਗਲਤ ਕੰਮ ਕਰਦੇ ਉਹ ਗਾਲਾਂ ਨਾਲੇ ਕੱਢਦੇ, ਉਹ ਗਲਤ ਕਰਦੇ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਕਾਨੂੰਨੀ ਕਾਰਵਾਈ, ਧੱਕਾ ਕਰਦੇ ਉਹ ਹਰ ਇੱਕ ਨਾਲ। ਸੈਦੋ ਪਿੰਡ ਜੀ, ਇਹ ਜੀ ਇੱਕ ਮਹਿਲ ਸਿੰਘ ਦਾ 9 ਮਰਲੇ ਥਾਂ ਹੈ ਜਗ੍ਹਾ, ਉਹ ਜਗ੍ਹਾ 9 ਮਰਲੇ ਇਹ ਦੇ ਚੁੱਕਾ ਵਾ ਆਪਣੇ ਗੁਰਦੁਆਰੇ ਨੂੰ, ਬਾਇ ਕਰ ਚੁੱਕਾ ਵਾ, ਉੱਥੇ ਗੁਰਦੁਆਰੇ ਦਾ ਕਬਜ਼ਾ ਵਾ, ਉੱਥੇ ਬਾਲਣ ਸੁੱਟਿਆ ਹੋਇਆ ਵਾ, ਦੂਜੀ ਧਿਰ ਆ ਕੇ ਨਜਾਇਜ਼ ਆ, ਕਦੀ ਪਾਣੀ ਛੱਡਦੀ ਹੈ, ਕਦੀ ਕਰਦੀ ਹੈ, ਮੌਕਾ ਉੱਥੇ ਪੁਲਿਸ ਵੇਖ ਕੇ ਕਬਜ਼ਾ ਗੁਰਦੁਆਰਾ ਗਲਤ ਕਰ ਰਿਹਾ ਜੀ। ਤੁਸੀਂ ਜਿੱਥੇ ਥਾਂ ਹੈਗਾ ਕਬਜ਼ਾ, ਥਾਂ ਕਬਜ਼ਾ ਰਵੇ, ਜਿੱਥੇ ਉਹਨਾਂ ਦਾ ਥਾਂ ਬਣਦਾ 10 ਮਰਲਿਆਂ ਦਾ ਉਹ ਕਬਜ਼ਾ ਅਦਾ ਕਰ ਲੈਣ। ਸਾਨੂੰ ਸੱਚਾਈ ਆ ਵੀ ਇਹ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਜਾਇਜ਼ ਆ ਜੀ ਕਬਜ਼ਾ, ਹਾਲ ਦੀ ਘੜੀ ਅੱਜ ਬਿਲਕੁਲ ਨਜਾਇਜ਼ ਆ, ਜਿੱਥੇ ਉਹਨਾਂ ਦੀ ਬਾਈ ਲੱਗਦੀ ਹੈ ਰਜਿਸਟਰੀ ਕਰਾਈ ਉਹਨਾਂ, ਕੋਈ ਬੰਦਾ ਸਹੁੰ ਖਾ ਕੇ ਆਖਦੇ ਵੀ ਇਸ ਬੰਦੇ ਕਰਾਈ ਆ ਤੇ ਉਹ ਆਪਦਾ ਥਾਂ ਮੰਨ ਲੈਣ। ਪੁਲਿਸ ਨੇ ਤੇ ਲਾਗੇ ਖਲੋ ਕੇ ਸਭ ਵੱਟ ਪਾਈ ਗਈ ਆ ਤੇ ਉਹਨਾਂ ਕਿਸੇ ਨੂੰ ਵੀ ਕੁਛ ਨੀ ਆਖਿਆ ਵੀ ਪਾ ਲਓ ਵੱਟ, ਉਹਨਾਂ ਵੱਟ ਪਾਉਣ ਡੇ, ਚਾਹੇ ਉਹਨਾਂ ਨੂੰ ਡੱਕਦੇ ਚਾਹੇ ਇਹ ਘਰ ਨੂੰ ਆ ਗਏ, ਜਦੋਂ ਧੱਕਾ ਹੁੰਦਾ ਦੱਸਿਆ ਵੀ ਉਹ ਬੰਦੇ ਜ਼ਿਆਦਾ ਕੁੱਟ ਮਾਰਨਾ ਹੋਵੇ ਤੇ ਘਰ ਨੂੰ ਆ ਗਏ ਵਿਚਾਰੇ, ਹਾਜ਼ਰ ਆ ਪੁਲਿਸ। ਪੁਲਿਸ ਦੇ ਖਿਲਾਫ਼ ਕੀ ਕਾਰਵਾਈ ਚਾਹੁੰਦੇ ਜਿਹੜੇ ਮੁਲਾਜ਼ਮ? ਪੁਲਿਸ ਤੇ ਕਾਰਵਾਈ ਹੋਣੀ ਚਾਹੀਦੀ, ਇਹਨਾਂ ਸੱਚਾਈ ਹੋਵੇ। ਅਗਰ ਇਹਨਾਂ ਨੂੰ ਕੋਈ ਇਨਸਾਫ਼ ਨਾ ਮਿਲਿਆ ਤੇ ਤੁਸੀਂ ਫਿਰ ਇਹ ਤਾਂ ਵੀ ਹੋਰ ਵੀ ਕਿਸੇ ਅਫਸਰ ਨੂੰ ਮਿਲ ਸਕਦੇ ਆ, ਜਿੱਥੇ ਮਰਜ਼ੀ ਜਾ ਸਕਦੇ ਆ, ਤੁਸੀਂ ਨਾਲ ਜਾਓਗੇ? ਹਾਂ। ਹਾਂਜੀ ਸਰ, ਸੈਦੋ ਪਿੰਡ ਵਿੱਚ ਜਿਹੜੀ ਇਹ ਪੈਲੀ ਆ 9 ਜਿਹੜੇ ਹੈਗੇ ਆ ਮਹੱਲੇ, ਇਹਨਾਂ ਕੀ ਸਰ ਮਾਮਲਾ ਹੈਗਾ? ਤੁਸੀਂ ਮੌਕੇ ਤੇ ਪਹੁੰਚੇ ਜੋ, ਕੌਣ ਇਹਦਾ ਮਾਲਕ ਆ ਤੇ ਕੀ ਇਹ ਪੈਲੀ ਦਾ 9 ਮਰਲੇ ਜਿਹੜੀ ਹੈਗੀ ਸੀ, ਇਹਦਾ ਮਹਿਲ ਸਿੰਘ ਮਾਲਕ ਵਾ, ਰਜਿਸਟਰੀ ਉਹਨਾਂ ਵਿਖਾਈ ਸਾਨੂੰ ਕਿ ਇਹ 9 ਮਰਲੇ ਜਿਹੜੀ ਜਗ੍ਹਾ ਵਾ ਇਹ ਮੇਰੀ ਆ, ਜਿਹੜੀ ਕਿ ਉਹਨਾਂ ਗੁਰਦੁਆਰਾ ਸਾਹਿਬ ਦੇ ਨਾਂ ਤੇ ਰਜਿਸਟਰੀ ਕਰ ਦਿੱਤੀ, 9 ਨੰਬਰ ਦੇ ਨਾਂ ਦਿੱਤੇ ਸੀ। ਜਿਹੜੀ ਦੂਸਰੀ ਧਿਰ ਸੀ ਉਹ ਆਪਣਾ ਹਾਕੀਆ ਜਿਤਾਉਂਦੀ ਸੀ, ਪਰ ਮਹਿਲ ਸਿੰਘ ਨੇ ਸਾਨੂੰ ਜੋ ਆਪਦੇ ਕਾਗਜ਼ ਪੱਤਰ ਵਿਖਾਏ ਆ ਉਹਦੇ ਨਾਂ ਦੇ ਜਿਹੜੀ ਬੋਲਦੀ ਸੀ ਉਹਨਾਂ ਨੇ ਆਪਣੀ ਰਜਿਸਟਰੀ ਕੀਤੀ ਆ। ਮੌਕੇ 'ਤੇ ਗਏ ਹਾਂ, ਇਹਨਾਂ ਦੋਵਾਂ ਧਿਰਾਂ ਨੂੰ ਜਿਹੜਾ ਲੜਨ ਤੋਂ ਰੋਕਿਆ ਗਿਆ ਸੀ ਕਿ ਆਪੋ ਆਪਣਾ ਕਾਗਜ਼ ਪੱਤਰ ਜਿਹੜਾ ਵਾ ਵਿਖਾਓ ਜੀ, ਜਿਹੜੀ ਇਹਦੀ ਜਾਂਚ ਵਾ ਇਹਦੀ ਜਾਰੀ ਹੈ, ਜਿਹੋ ਜੀ ਜਿਹੜੀ ਹੋਊਗੀ ਉਹ ਕਰ ਲਈ ਜਿਹੜੀ ਮੁੱਚੀ ਜਾਂਦਾ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।